15,000 ਦੀ ਰਿਸ਼ਵਤ ਲੈਂਦਾ ਡਿਸਪੈਂਸਰੀ ਦਾ ESI ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ। ਦੱਸਦੀ ਕਿ ਇੱਕ ਗਰੀਬ ਮਜ਼ਦੂਰ ਦਾ ਹੱਕ ਮਾਰ ਕੇ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਤਾਂ ਉਸ ਸ਼ਖਸ ਦੇ ਵੱਲੋਂ ਰਿਕਾਰਡਿੰਗ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕਰਕੇ ਅੱਗੇ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਪੂਰਾ ਪਲਾਨ ਬਣਾ ਕੇ ਵਿਜੀਲੈਂਸ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਭ੍ਰਿਸ਼ਟ ESI ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਰਾਜਵੰਤ ਸਿੰਘ ਵਾਸੀ ਪਿੰਡ ਚਣਕੋਈਆਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਉੱਪਰ ਕਾਬੂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਦੇ ਵਿੱਚ ਦਰਜ ਕਰਵਾਇਆ ਕਿ ਉਸਨੇ DMC ਹਸਪੀਟਲ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਇਆ ਸੀ ਅਤੇ ESI ਸਕੀਮ ਅਧੀਨ ਮੁਫ਼ਤ ਇਲਾਜ ਦਾ ਲਾਭਪਾਤਰੀ ਹੋਣ ਕਰਕੇ ਉਸਦੇ 4,78,136 ਰੁਪਏ ਦੇ ਬਿੱਲ ESI ਡਿਸਪੈਂਸਰੀ ਵਿੱਚ ਭੁਗਤਾਨ ਲਈ ਬਕਾਇਆ ਪਏ ਹਨ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਸੰਬੰਧਿਤ ਡੀਲਿੰਗ ਕਲਰਕ ਰਵਿੰਦਰ ਸਿੰਘ ਨੇ ਉਸਦੇ ਬਿੱਲ ਦਾ ਭੁਗਤਾਨ ਕਰਨ ਬਦਲੇ ਰਿਸ਼ਵਤ ਵਜੋਂ 30,000 ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਕੁੱਲ ਰਕਮ ਦੇ ਵਿੱਚੋਂ ਸਿਰਫ 1,25,000 ਰੁਪਏ ਦੇ ਬਿੱਲ ਹੀ ਪਾਸ ਕੀਤੇ ਜਾਣਗੇ। ਮੁਲਜ਼ਮ ਕਲਰਕ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ 2 ਕਿਸ਼ਤਾਂ ਦੇ ਵਿੱਚ ਦੇਣ ਲਈ ਕਿਹਾ, ਜਿਸ ਵਿੱਚ 20,000 ਰੁਪਏ ਪੇਸ਼ਗੀ ਅਤੇ ਬਾਕੀ 10,000 ਰੁਪਏ ਬਾਅਦ ਵਿੱਚ ਦੇਣ ਲਈ ਕਿਹਾ। ਅੱਗੇ ਉਸਨੇ ਦੱਸਿਆ ਕਿ ਰਵਿੰਦਰ ਸਿੰਘ ਕਲਰਕ ਨੇ ਸ਼ਿਕਾਇਤਕਰਤਾ ਨੂੰ ਇਹ ਵੀ ਕਿਹਾ ਕਿ ਉਸਨੇ ਰਿਸ਼ਵਤ ਦੀ ਰਕਮ ਚੰਡੀਗੜ੍ਹ ਵਿਖੇ ਤੈਨਾਤ ਸੰਬੰਧਿਤ ਅਧਿਕਾਰੀ ਨਾਲ ਵੀ ਸਾਂਝੀ ਕਰਨੀ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮ ਦੇ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਫੋਨ ਦੇ ਵਿੱਚ ਕਰ ਲਈ, ਫਿਰ ਵਿਜੀਲੈਂਸ ਨੂੰ ਸਬੂਤ ਵਜੋਂ ਪੇਸ਼ ਕੀਤੀ। ਦੱਸਦੀ ਹੈ ਕਿ ਚਪੜਾਸੀ ਦੀ ਸ਼ਿਕਾਇਤ ਉੱਪਰ ਵਿਜੀਲੈਂਸ ਦੇ ਵੱਲੋਂ ਇਹ ਸ਼ਿਕੰਜਾ ਕੱਸਿਆ ਗਿਆ। ਇਹ ਭ੍ਰਿਸ਼ਟ ESI ਲੁਧਿਆਣਾ ਦੇ ਪਿੰਡ ਢੰਡਾਰੀ ਕਲਾਂ ਦੇ ਵਿੱਚ ਬਤੌਰ ਕਲਰਕ ਡਿਊਟੀ ਕਰਦਾ ਸੀ, ਜਿਸ ਨੂੰ ਵਿਜੀਲੈਂਸ ਨੇ ਪੂਰਾ ਪਲਾਨ ਬਣਾ ਕੇ 15,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ। ਇੱਕ ਰਜਵੰਤ ਸਿੰਘ ਨੇ ਚਣਕੋਈਆਂ ਕਲਾਂ ਪਿੰਡ ਪੈਂਦਾ ਥਾਣਾ ਦਰਾਹੇ ਵਿੱਚ, ਇਹ ਆਟੋ ਡਰਾਈਵਰ ਨੇ, ਆਟੋ ਰਿਕਸ਼ਾ ਚਲਾਉਂਦੇ ਨੇ ਔਰ ਇਹ ਸਕੂਲ ਵਿੱਚ ਕਿਸੇ 'ਚ ਲੱਗੇ ਹੋਏ ਨੇ, ਬੱਚੇ ਵਗੈਰਾ ਛੱਡਦੇ ਨੇ ਅਤੇ ਇਹਨਾਂ ਦਾ ਪਿਛਲੇ ਸਾਲ ਫਰਵਰੀ ਵਿੱਚ ਕੋਈ ਇਹਨਾਂ ਨੂੰ ਪ੍ਰੋਬਲਮ ਆ ਗਈ ਸੀ ਸਟਮਕ ਦੀ, ਕੋਈ ਕਿਡਨੀ ਵਗੈਰਾ ਇਹਨਾਂ ਦਾ ਓਪਰੇਸ਼ਨ ਵਗੈਰਾ ਹੋਇਆ ਸੀ DMC ਔਰ ਉੱਥੇ ਤਕਰੀਬਨ 1 ਮਹੀਨਾ ਐਡਮਿਟ ਰਹੇ ਆ ਅਤੇ ਇਹਨਾਂ ਦਾ 4,78,000 ਸਮਥਿੰਗ ਦਾ ਇਹਨਾਂ ਦਾ ਬਿੱਲ ਬਣ ਗਿਆ ਸੀ DMC ਤੋਂ ਔਰ ਬਿੱਲ ਵਗੈਰਾ ਇਹਨਾਂ ਨੇ ਪੇ ਕਰਤਾ ਸੀ। ਇਹਨਾਂ ਨੂੰ ਰਿਵਰਸਮੈਂਟ ਹੁੰਦੀ ਹੈ ਜਿੱਦਾਂ ESI ਦਾ ਕਾਰਡ ਬਣਿਆ ਹੁੰਦਾ ਅਤੇ ਉਹ ਇਹਨਾਂ ਨੇ ਕਲੇਮ ਲੈਣ ਵਾਸਤੇ ਉੱਥੇ ਅਪਰੋਚ ਕੀਤਾ ਢੰਡਾਰੀ ਕਲਾਂ ਜਿਹੜਾ ESI ਦਾ ਆਫਿਸ ਹੈਗਾ। ਅਤੇ July 2023 ਵਿੱਚ ਇਹਨਾਂ ਨੇ ਆਪਣੇ ਡਾਕੂਮੈਂਟ ਸਾਰੇ ਸਬਮਿਟ ਕਰਾ ਦਿੱਤੇ ਸੀਗੇ, ਲਗਾਤਾਰ ਜਾ ਰਹੇ ਸੀਗੇ ਅਤੇ ਇਹਨੂੰ ਅਜੇ ਤੱਕ ਕਲੇਮ ਨਹੀਂ ਮਿਲਿਆ ਸੀਗਾ, ਉਹ ਜਿਹੜਾ ਮਿਲਣਾ ਸੀ ਪੈਸੇ। ਇਹਨਾਂ ਨੇ ਫਿਰ 22 ਤਰੀਕ ਨੂੰ ਥੋੜ੍ਹੇ ਦਿਨ ਪਹਿਲਾਂ ਫਿਰ ਤਰਵਿੰਦਰ ਸਿੰਘ ਜਿਹੜਾ ਕਲਰਕ ਹੈ ਪਹਿਲਾਂ ਵੀ ਉਹਨੂੰ ਮਿਲ ਰਹੇ ਸੀਗੇ, ਲਾਰੇ ਲੱਪੇ ਲਈ ਜਾ ਰਿਹਾ ਸੀਗਾ। ਫਿਰ ਉਹਨੇ ਇਹਨੂੰ ਕਹਿ ਦਿੱਤਾ ਵੀ ਭਾਈ ਪੈਸੇ ਜੇ ਤੂੰ 30,000 ਰੁਪਇਆ ਮੈਨੂੰ ਦੇਵੇਂਗਾ ਤਾਂ ਫਿਰ ਹੀ ਤੇਰਾ ਕੰਮ ਹੋਣਾ, ਇੱਦਾਂ ਨਹੀਂ ਹੋਣਾ। ਇਹਨੇ ਕਿਹਾ ਵੀ ਮੈਂ ਗਰੀਬ ਬੰਦਾ, ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਤੇ ਮੈਂ ਅੱਗੇ ਬੜੀ ਮੁਸ਼ਕਲ ਨਾਲ ਫੜ ਫੜ ਕੇ ਦਿੱਤੇ ਹੈਗੇ। ਫਿਰ ਇਹਨਾਂ ਨੇ ਕਿਹਾ ਵੀ ਤੈਨੂੰ ਪੈਸੇ ਦੇਣੇ ਪੈਣਗੇ, ਜੇ 30,000 ਤੂੰ ਦੇਵੇਂਗਾ ਤਾਂ ਤੇਰਾ 4,78,000 ਜਿੰਨਾ ਵੀ ਹੈਗਾ ਉਹ ਬਿੱਲ ਪਾਸ ਹੋ ਜਾਏਗਾ, ਜੇ 30,000 ਨਹੀਂ ਦੇਵੇਂਗਾ ਤੈਨੂੰ ਸਿਰਫ 1,25,000 ਹੀ ਅਸੀਂ ਦੇਵਾਂਗੇ। ਉਹ ਵੀ ਇਹਨੇ ਜੇ ਵਿੱਚ ਪੈਂਡਿੰਗ ਰੱਖਿਆ ਹੋਇਆ ਸੀਗਾ ਅਤੇ ਇਹਨੇ ਫਿਰ ਉਹ ਕਹਿੰਦਾ 20,000 ਪਹਿਲਾਂ ਦੇਵੇਂਗਾ ਤਾਂ ਫਿਰ ਤੇਰੀ ਫਾਈਲ ਤੋਰਨੀ ਹੈ। ਇਹਨਾਂ ਨੇ ਫਿਰ ਉਹਨੂੰ ਝੂਠਾ ਵਾਅਦਾ ਕੀਤਾ, ਇਹਨੇ ਫਿਰ ਕਿਹਾ 28 ਤਰੀਕ ਨੂੰ ਤੂੰ ਆ ਜਾਈ।
28 ਤਰੀਕ ਨੂੰ ਤਾਂ ਉੱਥੇ ਮੇਰੇ ਕੋਲ ਪੈਸੇ ਲੈ ਕੇ ਆ ਜਾਈ। ਇਹ ਫਿਰ ਸਾਡੇ ਕੋਲ ਅੱਜ ਆਇਆ ਸੀਗਾ, ਇਹਨੇ ਦੱਸੀ ਸਾਰੀ ਗੱਲ, ਅਤੇ ਇਹਨਾਂ ਨੇ ਫਿਰ 20,000 ਤਾਂ ਅਰੇਂਜ ਨਹੀਂ ਹੋਇਆ, ਇਹਨਾਂ ਨੇ 15,000 ਹੀ ਅਰੇਂਜ ਕਰ ਸਕੇ ਸੀਗੇ। ਸਾਨੂੰ ਜਦੋਂ ਸਾਰੀ ਗੱਲ ਦੱਸੀ, ਇਹਦੇ ਸੰਬੰਧ 'ਚ ਮੁਕੱਦਮਾ ਦਰਜ ਕੀਤਾ ਗਿਆ, ਇੱਕ ਟਰੈਪ ਇੱਕ ਲੇ ਕੀਤਾ ਗਿਆ DSP ਰੇਂਜ 1 ਅਸ਼ਨੀ ਕੁਮਾਰ, ਔਰ ਰੰਗੇ ਹੱਥੀਆਂ ਨੂੰ ਫਿਰ ਉੱਥੇ 15,000 ਰਿਸ਼ਵਤ ਲੈਂਦਿਆਂ ਨੂੰ ਫੜਿਆ ਔਰ ਇਹਨੂੰ ਗ੍ਰਿਫਤਾਰ ਕਰ ਲਿਆ ਅਰਵਿੰਦਰ ਸਿੰਘ ਜਿਹੜਾ ਕਲਰਕ ਹੈਗਾ, ਔਰ ਕੱਲ੍ਹ ਨੂੰ ਇਹਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।